ਸੋ ਦੋਸਤੋ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈਗੇ ਨੇ ਸੁਧੀਰ ਪਾਂਡੇ ਸਰ, ਜੋ ਕਿ ਤੁਹਾਡੇ ਆਪਣੇ ਸ਼ਹਿਰ ਯਾਨੀ ਕਿ ਸਮਾਰਟ ਸਿਟੀ ਲੁਧਿਆਣਾ ਦੇ ਵਿੱਚ ਆਏ ਹੋਏ ਨੇ। ਆਪ ਜਾਣਦੇ ਹਨ ਉਹਨਾਂ ਦਾ ਮੁੱਖ ਕਾਰਨ ਉਹ ਸਪੈਸ਼ਲੀ ਇਸ ਦਿਨ ਪਹੁੰਚਣ ਜੋ ਅੱਜ ਜਨਮਅਸ਼ਟਮੀ ਦਾ ਦਿਨ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਜਨਮਅਸ਼ਟਮੀ। ਥੈਂਕ ਯੂ ਜੀ, ਆਪਕੋ ਵੀ। ਹਾਂ ਸਰ, ਕੀ ਕਹਿਣਾ ਚਾਹੇਂਗੇ, ਕੈਸਾ ਲੱਗ ਰਿਹਾ ਜਨਮਅਸ਼ਟਮੀ ਕੇ ਮੌਕੇ ਪਰ ਲੁਧਿਆਣਾ? ਭਾਈ, ਇਹ ਬੜਾ ਸੌਭਾਗਯ ਹੈ ਕਿ ਅੱਜ ਕੇ ਦਿਨ ਯਹਾਂ ਆਨਾ ਹੁਆ ਔਰ ਇੱਕ ਐਸੇ ਨਾਟਕ ਕੇ ਸਿਲਸਿਲੇ ਮੈਂ ਆਇਆ ਹੂੰ ਜਿਸ ਨਾਟਕ ਮੈਂ ਇੱਕ ਜ਼ਿੰਦਗੀ ਕਾ ਫਲਸਫਾ ਛੁਪਾ ਹੈ। ਔਰ ਨਾਟਕ ਜੋ ਹੈ, ਜੈਸਾ ਕਿ ਟਾਈਟਲ ਕਹਿਤਾ ਹੈ, ਵੈਲਕਮ ਜ਼ਿੰਦਗੀ। ਯਾਨੀ ਹਮੇਂ ਆਪਣੀ ਜ਼ਿੰਦਗੀ ਕੋ ਵੈਲਕਮ ਕਰਨਾ ਚਾਹੀਏ, ਹਮੇਂ ਆਪਣੀ ਜ਼ਿੰਦਗੀ ਕੋ ਇੱਕ ਬੋਝ ਕੀ ਤਰ੍ਹਾਂ ਨਹੀਂ ਲੈਣਾ ਚਾਹੀਏ। ਹਮੇਂ ਯੇ ਭਗਵਾਨ ਨੇ ਇਤਨੀ ਅੱਛੀ ਜ਼ਿੰਦਗੀ ਦੀ ਹੈ ਔਰ ਇਹ ਜਨਮ ਜੋ ਮਿਲਾ ਹੈ ਵੋ ਇੱਕ ਆਪਣੇ ਆਪ ਮੇਂ ਇੱਕ ਬਹੁਤ ਪਤਾ ਨਹੀਂ ਕਿਤਨੇ ਅੱਛੇ ਕਰਮੋ ਕੇ ਬਾਅਦ ਯਾ ਕਿਆ ਕਹਿ ਲੀਜੀਏ ਕਿ ਆਪ ਇਸ ਦੁਨੀਆ ਮੇਂ ਆਤੇ ਹੈ ਔਰ ਹਮ ਆਨੇ ਵਾਲੇ ਕੱਲ ਕੇ ਲੀਏ ਇਤਨਾ ਪਰੇਸ਼ਾਨ ਰਹਤੇ ਹੈ ਕਿ ਹਮ ਉਹ ਜੋ ਕਸ਼ਣ ਹੈ, ਜੋ ਕਸ਼ਣ ਹੋਤਾ ਹੈ, ਉਸਕੋ ਹਮ ਖੋ ਦੇਤੇ ਹੈ। ਔਰ ਇਸਮੇ ਨਾਟਕ ਮੇਂ ਇੱਕ ਡਾਇਲੋਗ ਵੀ ਹੈ ਕਿ ਮੈਂ ਉਮਰ ਗਿਣਤਾ ਰਹਾ ਔਰ ਜ਼ਿੰਦਗੀ ਦਬੇ ਪਾਉਂ ਗੁਜ਼ਰ ਗਈ। ਤੋ ਹਮ ਕਿਆ ਹੋਤਾ ਹੈ ਕਿ ਹਮ ਵੋ ਲਮਹੇ ਖੋਤੇ ਜਾਤੇ ਹੈ ਜੋ ਇੰਜੋਏ ਕਰਨੇ ਕੇ ਮੌਕੇ, ਸਿਰਫ ਇਸ ਲਈ ਕਿ ਹਮੇਂ ਕੱਲ ਕਾ ਤਨਾਵ ਹੈ ਜਾਂ ਬੀਤੇ ਹੋਏ ਕੱਲ ਕਾ ਪਛਤਾਵਾ ਹੈ। ਤੋ ਯੇ ਇੱਕ ਵੋ ਹੈ ਔਰ ਇਸਮੇ ਮਨੋਰੰਜਨ ਹੈ ਪੂਰਾ, ਕਿਉਂਕਿ ਯੇ ਆਪਕੋ ਗੁਦਗੁਦਾਏਗਾ ਵੀ, ਹਸਾਏਗਾ ਵੀ, ਲੇਕਿਨ ਆਪਕੋ ਇੱਕ ਐਸੀ ਐਂਡ ਮੇਂ ਇੱਕ ਐਸੀ ਫਿਲੋਸਫੀ ਪੇ ਲੈ ਜਾਏਗਾ ਜੋ ਆਪਕੋ ਜੀਵਨ ਕਾ ਅਰਥ ਵੀ ਸਮਝਾਏਗੀ। ਸਰ, ਕਿਆ ਕਹੇਂਗੇ ਜ਼ਿੰਦਗੀ ਕੇ ਬਾਰੇ ਮੇਂ ਜੋ ਆਜ ਕਾ ਪਲੇ ਹੈ? ਸਬਸੇ ਪਹਿਲੇ ਤੋ ਮੈਂ ਪੰਜਾਬ ਆਇਆ ਹੂੰ, ਵੈਲਕਮ ਪੰਜਾਬ, ਸਤਿ ਸ਼੍ਰੀ ਅਕਾਲ। ਵੈਲਕਮ ਜ਼ਿੰਦਗੀ ਨਾਮ ਕਾਫੀ ਹੈ, ਵੈਲਕਮ ਜ਼ਿੰਦਗੀ, ਜ਼ਿੰਦਗੀ ਕੋ ਵੈਲਕਮ ਕੀਜੀਏ। ਆਜ ਮੇਂ ਜ਼ਿੰਦਾ ਰਹੀਏ, ਕਿਉਂਕਿ ਯੇ ਤੋ ਸਭ ਕਹਿਤੇ ਹੈ ਕਿ ਕੱਲ ਕਿਸੀ ਨੇ ਨਹੀਂ ਦੇਖਾ, ਨਾ ਆਨੇ ਵਾਲਾ ਕੱਲ ਤੋ ਕਿਸੀ ਨੇ ਨਹੀਂ ਦੇਖਾ। ਤੋ ਜੋ ਆਜ ਜੋ ਹਮ ਦੇਖ ਰਹੇ ਹੈ ਅਭੀ, ਉਸਕੋ ਇੰਜੋਏ ਕੀਜੀਏ, ਯਹੀ ਹੈ। ਦਿਸ ਇਜ਼ ਦ ਪਲੇ ਅਬਾਊਟ ਦਿਸ। ਕਿਰਦਾਰ ਹੈ ਉਹ ਇੱਕ ਯਮਰਾਜ ਕਾ, ਕਿਆ ਕਹਿਣਾ ਚਾਹੀਏ, ਕਿਤਨਾ ਇੰਜੋਏ ਕੀਆ? ਦੇਖੀਏ, ਮੁਝੇ ਦੇਖ ਕਰ ਹੀ ਲਗਤਾ ਹੈ ਕਿ ਮੈਂ ਯਮਰਾਜ ਕਾ ਹੀ ਰੋਲ ਕਰੂੰਗਾ ਇਸ ਪਲੇ ਮੇਂ। ਯਮਰਾਜ ਹੋਤੇ ਨਹੀਂ ਹੈ ਨਾ, ਹਮਨੇ ਕਭੀ ਦੇਖਾ ਨਹੀਂ ਹੈ ਯਮਰਾਜ ਕੋ। ਤੋ ਇੱਕ ਡਿਫਰੈਂਟ ਟਾਈਪ ਕਾ ਯਮਰਾਜ ਹੈ ਯੇ, ਕਿਉਂਕਿ ਯਮਰਾਜ ਕੇ ਬਾਰੇ ਮੇਂ ਹਮੇਸ਼ਾ ਯੇ ਕਹਾ ਜਾਤਾ ਹੈ ਕਿ ਅਰੇ ਵੋ ਤੋ ਮ੍ਰਿਤਯੂ ਕਾ ਦੇਵਤਾ ਹੈ, ਉਠਾਨੇ ਆਇਆ ਹੈ। ਬਟ ਇਸਮੇਂ ਆਪ ਯੇ ਮੈਂ ਪੂਰੇ ਵਿਸ਼ਵਾਸ ਕੇ ਸਾਥ ਕਹਿਤਾ ਹੂੰ ਕਿ ਯੇ ਪਲੇ ਦੇਖਣੇ ਕੇ ਬਾਅਦ ਆਪਕੋ ਯਮਰਾਜ ਸੇ ਪਿਆਰ ਹੋ ਜਾਏਗਾ। ਸਤਿ ਸ਼੍ਰੀ ਅਕਾਲ ਮੈਮ। प्ले के बारे में, प्ले के बारे में तो प्ले बहुत सुंदर प्ले है, खूबसूरत प्ले है। जो एक फैमिली, छोटी सी फैमिली देखा, एक आम इंसान की ज़िंदगी दिखाई है ना, जिसमें कि कैसे इंसान काम करता है, अपने फैमिली के साथ जीता है, छोटी छोटी मुश्किलें भी आती है, सब कुछ आता है। लेकिन आखिर में जाके यही कहना चाहते हैं ये प्ले कि किस तरह से हमें हमारी, जैसे इंसान का नेचर होता है, यू नो, अ ह्यूमन नेचर इज़ नेवर सेटिस्फाइड, यू नो, देयर इज़ ऑलवेज क्रेविंग फॉर स्मॉल स्मॉल थिंग्स, स्मॉल स्मॉल रिक्वायरमेंट्स और बिगर रिक्वायरमेंट्स। बट देन यू शुड एक्सेप्ट व्हाट लाइफ गिव्स यू टुडे, सो वन हैज़ टू लिव फॉर टुडे। सो मेक योर टुडे ब्यूटिफुल, देन योर टुमारो विल बी ब्यूटिफुल बाय इटसेल्फ। Pandey sir is such a senior actor and a such a lovely soul and a beautiful performer, I can say. I mean, he carries the entire play on his shoulder and he does a wonderful job in the show. I'm sure you all are going to love it. Next project, abhi to main ek show kar rahi hu Sanjeevani 2, jo Star Plus mein aa raha hai, wo main kar rahi hu. Aur ek film bhi meri aa rahi hai jisme mera Raghuveer Yadav ji ke opposite hu main. So इस तरह से हैं।